ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਗਿਆਲੀ ਵੱਲੋਂ ਅੱਜ ਪਿੰਡ-ਪਿੰਡ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਓ ਦੇਖਦੇ ਹਾਂ ਚੋਣ ਪ੍ਰਚਾਰ ਦੀ ਇੱਕ ਝਲਕ। ਆਉਣ ਵਾਲੀ 21 ਤਰੀਕ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਹੱਕ ਵਿੱਚ ਕਿੰਨੀਆਂ ਵੋਟਾਂ ਪੈਂਦੀਆਂ ਹਨ ਅਤੇ ਕਿਸ ਉਮੀਦਵਾਰ ਨੂੰ ਇੱਥੋਂ ਵੱਡੀ ਲੀਡ ਮਿਲਦੀ ਹੈ। ਪਿੰਡਾਂ ਨੂੰ ਜਾ ਕੇ ਜਿਸ ਪਿੰਡਾਂ ਦੀ ਅਸੀਂ ਬੜੀ ਪਿਛਲੇ 10-12 ਸਾਲਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਸੇਵਾ ਕੀਤੀ ਆ, ਇਹਨਾਂ ਪਿੰਡਾਂ ਨੂੰ ਅਸੀਂ ਇਹਨਾਂ ਤਰੱਕੀ ਵੱਲ ਲੈ ਕੇ ਗਏ ਹਾਂ, ਸੁੰਦਰ ਬਣਾਇਆ। ਸੋ ਸਾਡੀ ਲੀਡਰਸ਼ਿਪ ਨੇ ਦੇਖਿਆ ਸਾਰਾ, ਆਪ ਦੇਖ ਕੇ ਗਏ ਨੇ ਵੀ ਕਿਸ ਤਰ੍ਹਾਂ ਦੇ ਪਿੰਡ ਬਣੇ ਨੇ। ਸੋ ਨਾਲੇ ਲੋਕਾਂ ਨੂੰ ਬੇਨਤੀ ਕਰਕੇ ਗਏ ਨੇ ਅਤੇ ਨਾਲੇ ਸਾਨੂੰ ਹੌਸਲਾ ਦੇ ਕੇ ਗਏ ਨੇ। ਸੋ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਦਾ ਅਤੇ ਜਿੰਨਾ ਸਹਿਯੋਗ ਹਰ ਵਰਗ ਵੱਲੋਂ ਮਿਲ ਰਿਹਾ, ਨੌਜਵਾਨਾਂ ਦਾ ਸਹਿਯੋਗ ਆ, ਸਾਡੇ NRI ਭਰਾਵਾਂ ਦਾ ਸਹਿਯੋਗ ਆ, ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਵੱਡੀ ਗਿਣਤੀ 'ਚ ਇਕੱਠ ਹੋ ਰਹੇ ਨੇ। ਹਾਂਜੀ, ਅੱਜ ਪਿੰਡ ਬੋਪਰੇ ਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਨਪ੍ਰੀਤ ਸਿੰਘ ਗਿਆਲੀ ਜੀ ਦਾ ਚੋਣ ਜਲਸਾ ਸੀਗਾ। ਇਸ ਚੋਣ ਜਲਸੇ ਦੇ ਵਿੱਚ ਅਸੀਂ ਸਮੂਹ ਨਗਰ ਨਿਵਾਸੀ ਸਰਦਾਰ ਗਿਆਲੀ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਅਤੇ ਜੋ ਇਹਨਾਂ ਨੇ ਪਿੰਡ ਦੇ ਵਿਕਾਸ ਕੀਤੇ ਆ ਉਹਦੇ ਹਿਸਾਬ ਨਾਲ ਸਾਰਾ ਨਗਰ ਇਹਨਾਂ ਨਾਲ ਦਿਲੋਂ ਤਨੋਂ ਮਨੋਂ ਸਭ ਇਹਨਾਂ ਦਾ ਜ਼ੋਰ ਲਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਊਗਾ। ਪਿੰਡ ਦੇ ਵਿੱਚੋਂ ਜੀ ਸਾਡੇ ਲਗਭਗ 2000 ਵੋਟ ਪੋਲ ਹੁੰਦੀ ਆ, ਜਿਹਦੇ ਵਿੱਚੋਂ 80% ਵੋਟ ਗਿਆਲੀ ਸਾਹਿਬ ਨੂੰ ਪੈਣ ਦੇ ਚਾਂਸ ਆ, ਕਿਉਂਕਿ ਸਾਡੇ ਪਿੰਡ ਨੇ ਇਕੱਠੇ ਹੋ ਕੇ ਅੱਜ ਜਿਹੜੇ ਡੇਰੇ 'ਚ ਅਸੀਂ ਖੜ੍ਹੇ ਹਾਂ ਇਹਨੂੰ ਸਾਰਾ ਪਿੰਡ ਮੰਨਦਾ ਜੀ। ਇੱਥੇ ਸਹੁੰ ਖਾਧੀ ਆ ਵੀ ਅਸੀਂ ਆਪਣੀ ਆਪਣੇ ਪਰਿਵਾਰ ਦੀ, ਕਿਉਂਕਿ ਇਹਨਾਂ ਨੇ ਸਾਡੇ ਪਿੰਡ 3 ਗਰਾਊਂਡਾਂ ਬਣਾਈਆਂ ਨੇ, ਗਿਆਲੀ ਸਾਹਿਬ ਨੇ 2 ਕਿਹਾ, ਇੱਕ ਨਾਲ ਛੋਟਾ ਗਰਾਊਂਡ ਹੋਰ ਬਣਿਆ, ਕਈ ਵਾਰੀ ਨਹੀਂ ਯਾਦ ਰਹਿੰਦਾ, ਉਹਨਾਂ ਨੇ ਬਹੁਤ ਗਰਾਊਂਡ ਬਣਾਇਆ, 70-72 ਗਰਾਊਂਡ ਬਣਾਇਆ ਜੀ। ਵੈਸੇ ਗਰਾਊਂਡ 3 ਨੇ, ਇੱਕ ਵਾਲੀਬਾਲ ਦਾ ਸਾਈਡ 'ਤੇ ਬਣਿਆ ਹੋਇਆ, ਉਹ ਵੀ ਇਹਨਾਂ ਨੇ ਬਣਾ ਕੇ ਦਿੱਤਾ ਸੀ। ਸਾਡੇ ਦੁੱਖ 'ਚ ਸੁੱਖ 'ਚ ਫੂਲਕਾ ਲੁੱਟ ਕੇ ਲੈ ਗਿਆ ਜੀ, ਸਾਨੂੰ ਬਿੱਟੂ ਵੋਟਾਂ ਲੈ ਜਾਂਦਾ ਮੁੜ ਕੇ ਆਉਂਦਾ ਨਹੀਂ, ਕੰਮ ਵਾਲੇ ਬੰਦੇ ਨੂੰ ਘਰੇ ਬਹਾਤਾ ਜੀ, ਸਾਡੇ ਪਿੰਡ ਵਾਲਿਆਂ ਦੀ ਇਹ ਆਵਾਜ਼ ਆ, ਉਹ ਕਹਿੰਦੇ ਯਾਰ ਕੰਮ ਵਾਲੇ ਬੰਦੇ ਨੂੰ ਆਪਾਂ ਘਰੇ ਬਿਠਾ ਦਿੰਦੇ ਹਾਂ ਅਤੇ ਬੰਦਾ ਆਉਂਦਾ ਜਿਹੜਾ ਬਾਹਰੋਂ ਆਉਂਦਾ ਉਹਨੂੰ ਆਪਾਂ ਵੋਟਾਂ ਪਾ ਕੇ ਤੋਰ ਦਿੰਦੇ ਹਾਂ। ਇਸ ਵਾਰ ਇਹਨਾਂ ਨੇ ਸਾਰਿਆਂ ਨੇ ਤਹੱਈਆ ਕਰਿਆ। ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ ਖਹਿਰਾ, ਟਾਈਮਜ਼ ਪੰਜਾਬ TV।